ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਕਿਵੇਂ ਹੋ ਤੁਸੀਂ ਸਾਰੇ ਜਣੇ? ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ। ਹਾਂਜੀ, ਜਿਹੜੇ ਫਸਟ ਟਾਈਮ ਦੇਖ ਰਹੇ ਆ ਉਹਨਾਂ ਨੂੰ ਦੱਸ ਦਿੰਦੇ ਹਾਂ ਕਿ ਅਸੀਂ ਸਰਵ ਕਰਦੇ ਹਾਂ ਸ਼੍ਰੀ ਮੁਕਤਸਰ ਸਾਹਿਬ ਤੋਂ, ਔਨਲਾਈਨ ਕੰਮ ਕਰਦੇ ਹਾਂ। ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਜਾਂ ਕੋਈ ਵੀ ਸੂਟ ਤੇ ਤੁਸੀਂ ਐਮਬਰਾਇਡਰੀ ਕਰਵਾਉਣੀ ਹੈ, ਕੋਈ ਵੀ ਡਿਜ਼ਾਈਨ ਸਾਡਾ ਸਿਲੈਕਟ ਹੁੰਦਾ ਜਾਂ ਕਿਸੇ ਵੀ ਹੋਰ ਬੁਟੀਕ ਦਾ, ਜਾਂ ਤੁਸੀਂ ਆਪਣਾ ਡਿਜ਼ਾਈਨ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਕੋਲੋਂ ਕਰਵਾ ਸਕਦੇ ਹੋ। ਸਾਡੇ ਕੋਲੋਂ ਤੁਸੀਂ ਸੂਟ ਵਿਦਾਊਟ ਸਟਿਚਿੰਗ ਵੀ ਲੈ ਸਕਦੇ ਹੋ ਐਂਡ ਸਟਿਚ ਕਰਵਾ ਕੇ ਵੀ ਲੈ ਸਕਦੇ ਹੋ। ਆਰਡਰ ਪਲੇਸ ਕਰਨ ਦੇ ਲਈ ਜੀ, ਜੋ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਸ ਦੇ ਉੱਪਰ ਤੁਸੀਂ ਕਰਨਾ ਵਟਸਐਪ ਮੈਸੇਜ, ਠੀਕ ਹੈ ਜੀ? ਚਲੋ ਜੀ, ਫਿਰ ਆਪਾਂ ਵੀਡੀਓ ਨੂੰ ਕਰਦੇ ਹਾਂ ਸਟਾਰਟ। ਸਭ ਤੋਂ ਪਹਿਲਾਂ ਇਹ ਆਪਾਂ ਤੁਹਾਨੂੰ ਰੋ ਸਿਲਕ ਦੇ ਸੂਟ ਦਿਖਾਏ ਸੀ, ਠੀਕ ਹੈ? ਉਸ ਦੇ ਵਿੱਚੋਂ ਕਸਟਮਰ ਨੇ ਇਸ ਤਰ੍ਹਾਂ ਦੇ ਨਾਲ ਰੈਡੀ ਕਰਵਾਇਆ। ਇਹ ਐਮਬਰਾਇਡਰੀ ਤੁਸੀਂ ਕਿਸੇ ਵੀ ਸਟਫ ਤੇ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਜੀ। ਸਾਰੇ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਸ਼ਰਟ ਦੇ ਵਿੱਚ ਪੈਟਰਨ ਬਣਿਆ ਹੋਇਆ, ਠੀਕ ਹੈ ਜੀ? ਦਬਕਾ ਲੱਗਿਆ ਹੋਇਆ, ਮੋਤੀ ਸਿੱਪੀ ਦਾ ਕੰਮ ਆ, ਕਟਦਾਣਾ ਲੱਗਿਆ ਹੋਇਆ। ਇਸ ਦੇ ਵਿੱਚ ਆਪਾਂ ਮਜੈਂਟਾ ਕਲਰ ਨੂੰ ਯੂਜ਼ ਕੀਤਾ ਕਿਉਂਕਿ ਆਪਾਂ ਇਸ ਦੇ ਨਾਲ ਪਿਓਰ ਔਰਗੈਂਜ਼ਾ ਦਾ ਦੁਪੱਟਾ ਡਬਲ ਸ਼ੇਡਡ ਹੈਗਾ ਜਿਹੜਾ, ਉਹ ਰੈਡੀ ਕੀਤਾ ਹੋਇਆ। ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਇਸਦਾ ਨੈਕ, ਬੜੀ ਸੋਬਰ ਜੀ ਐਮਬਰੋਇਡਰੀ ਹੈ ਐਂਡ ਸੂਟ ਬਹੁਤ ਸੋਹਣਾ ਲੱਗ ਰਿਹਾ। ਇਸ ਤਰ੍ਹਾਂ ਦੇ ਨਾਲ ਹੈ ਜੀ ਇਸਦੀ ਬਾਜੂ, ਠੀਕ ਹੈ? ਬੈਲਟ ਸ਼ੇਪ ਬਾਜੂ ਬਣੀ ਹੋਈ ਹੈ। ਡਿਜ਼ਾਈਨ ਜੇਕਰ ਤੁਹਾਨੂੰ ਪਸੰਦ ਆਉਂਦਾ ਤੁਸੀਂ ਵੀ ਬਣਵਾ ਸਕਦੇ ਹੋ। ਇਹ ਆਪਾਂ ਇਸ ਦੇ ਨਾਲ ਰੱਖੀ ਹੈ ਜੀ ਪੈਂਟ। ਪੈਂਟ ਨੂੰ ਆਪਾਂ ਸਾਈਡ ਕੱਟ ਦਿੱਤਾ ਹੋਇਆ ਤੇ ਇਸ ਤੇ ਵੀ ਐਮਬਰਾਇਡਰੀ ਕੀਤੀ ਹੋਈ ਹੈ ਇਸ ਤਰ੍ਹਾਂ ਦੇ ਨਾਲ। ਹਾਂਜੀ, ਨੈਕਸਟ ਆਪਣਾ ਇਹ ਵਾਲਾ ਸੂਟ ਆ। ਇਹ ਆਪਾਂ ਪਸ਼ਮੀਨਾ ਦਿਖਾਇਆ ਸੀ ਤੁਹਾਨੂੰ, ਪਸ਼ਮੀਨੇ ਦੇ ਉੱਪਰ ਬਣਿਆ ਹੋਇਆ ਸੂਟ ਹੈ, ਠੀਕ ਹੈ ਜੀ? ਆਫ ਵਾਈਟ ਕਲਰ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਇਸਦਾ ਨੈਕ ਦਾ ਡਿਜ਼ਾਈਨ, ਠੀਕ ਹੈ ਜੀ? ਐਂਡ ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਦੀ ਬਾਜੂ ਦਾ ਡਿਜ਼ਾਈਨ, ਠੀਕ ਹੈ ਜੀ? ਨੈਕ ਬਣਿਆ ਹੋਇਆ, ਬਾਜੂ ਬਣੀ ਹੋਈ ਹੈ ਐਂਡ ਇਹ ਬਣੀ ਹੋਈ ਹੈ ਦੀ ਸਟਰੇਟ ਬੋਟਮ। ਇਹ ਵੀ ਡਿਜ਼ਾਈਨ ਤੁਸੀਂ ਕਿਸੇ ਵੀ ਸਟੱਫ ਤੇ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ। ਹਾਂਜੀ, ਤੇ ਨੈਕਸਟ ਇਹ ਹੈਗਾ ਸ਼ਿਮਰ ਦੇ ਉੱਪਰ, ਨੀਅਨ ਕਲਰ ਦੀ ਸ਼ਿਮਰ ਆਪਾਂ ਤੁਹਾਨੂੰ ਪਲੇਨ ਸਟੱਫ ਦੇ ਵਿੱਚ ਦਿਖਾਏ ਸੀ ਇਹ, ਤਾਂ ਕਸਟਮਰ ਨੇ ਇਹ ਵਾਲਾ ਸਿਲੈਕਟ ਕੀਤਾ। ਇਹ ਹੈਗਾ ਸੀ ਬਾਜੂ ਦਾ ਡਿਜ਼ਾਈਨ, ਠੀਕ ਹੈ? ਇਹ ਤੁਹਾਡੀਆਂ ਦੋਨੋਂ ਬਾਜੂ ਤੇ ਆ ਜਾਣਾ। ਇਹ ਹੈਗਾ ਚੌਕ ਐਂਡ ਘੇਰਾ, ਸਾਰੇ ਦੇ ਵਿੱਚ ਸਪਰੈਡਿੰਗ ਹੋਈ ਹੋਈ ਹੈ, ਠੀਕ ਹੈ ਜੀ? ਘੇਰਾ ਬਣਿਆ ਹੋਇਆ, ਚੌਕ ਬਣੇ ਹੋਏ ਹੈ, ਸਾਰੇ ਦੇ ਵਿੱਚ ਸਪਰੈਡਿੰਗ ਹੈ ਐਂਡ ਉਸ ਤੋਂ ਬਾਅਦ ਦੇ ਵਿੱਚ ਇਹ ਬਣਿਆ ਹੋਇਆ ਨੈਕ ਦਾ ਡਿਜ਼ਾਈਨ, ਠੀਕ ਹੈ ਜੀ? ਅਗੇਨ ਕਿਸੇ ਕਲਰ ਤੇ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ, ਇੰਨਾ ਹੀ ਸੋਹਣਾ ਲੱਗਣਾ ਜੀ। ਹਾਂਜੀ, ਪਸ਼ਮੀਨਾ ਸਿਲਕ ਜਿਹੜਾ ਡਬਲ ਟੋਨ ਪਸ਼ਮੀਨਾ ਦਿਖਾਇਆ ਸੀ, ਕਾਪਰ ਸ਼ੇਡ, ਸੇਮ ਹੀ ਡਿਜ਼ਾਈਨ ਬਣਾਇਆ ਹੋਇਆ ਆਪਾਂ, ਠੀਕ ਹੈ? ਇੱਕ ਹੀ ਕਸਟਮਰ ਦੇ ਸੂਟਸ ਨੇ ਇਹ, ਉਹਨਾਂ ਨੇ ਇੱਕ ਡਿਜ਼ਾਈਨ ਹੈਗਾ ਜਿਹੜਾ ਸ਼ਿਮਰ ਤੇ ਰੈਡੀ ਕਰਵਾਇਆ, ਇੱਕ ਪਸ਼ਮੀਨਾ ਸਿਲਕ ਦੇ ਉੱਪਰ ਰੈਡੀ ਕਰਵਾਇਆ। ਦੁਪੱਟਿਆਂ ਦੀ ਆਪਾਂ ਜੀ ਪਿਓਰ ਦੇ ਦੁਪੱਟੇ ਲਗਾ ਕੇ ਲੇਸਿਸ ਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ, ਵਿਦਆਊਟ ਸਟਿਚਿੰਗ ਜਾਣੇ ਆ ਜੀ, ਦੁਪੱਟੇ ਰੈਡੀ ਹੋ ਰਹੇ ਆ ਇਸ ਲਈ ਨਹੀਂ ਆਪਾਂ ਦਿਖਾ ਰਹੇ, ਠੀਕ ਹੈ? ਇਸ ਤਰ੍ਹਾਂ ਦੇ ਨਾਲ ਸੇਮ ਹੀ ਡਿਜ਼ਾਈਨ ਆ ਜਿਹੜਾ ਇਸ ਤੇ ਬਣਿਆ ਹੋਇਆ, ਇਸ ਤਰ੍ਹਾਂ ਦੇ ਨਾਲ ਨੈਕ ਡਿਜ਼ਾਈਨ ਬਣਿਆ ਹੋਇਆ, ਸੇਮ ਹੀ ਹੈ ਜਿਹੜਾ ਬਾਜੂ ਦਾ ਡਿਜ਼ਾਈਨ। ਇਹ ਆਪਾਂ ਪਿਓਰ ਨੈਚੁਰਲ ਕਰੇਪ ਦੇ ਉੱਪਰ ਬਣਾਇਆ ਹੋਇਆ ਜੀ। ਆਪਾਂ ਤੁਹਾਨੂੰ ਪਹਿਲਾਂ ਵੈਲਵਟ ਦੇ ਉੱਪਰ ਡਿਜ਼ਾਈਨ ਦਿਖਾਇਆ ਸੀ, ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਟਾਈ ਡਾਈ ਦੁਪੱਟਾ ਪਿਓਰ ਦਾ ਇਸ ਦੇ ਨਾਲ ਰੈਡੀ ਹੋ ਰਿਹਾ। ਇਹ ਘੇਰਾ ਬਣਿਆ ਹੋਇਆ, ਇਹ ਵੀ ਸੂਟ ਵਿਦਆਊਟ ਸਟਿਚਿੰਗ ਜਾ ਰਹੇ ਆ ਜੀ, ਇਸ ਤਰ੍ਹਾਂ ਲਈ ਆਪਾਂ ਤੁਹਾਨੂੰ ਪਹਿਲਾਂ ਹੀ ਦਿਖਾ ਰਹੇ ਹਾਂ।
ਇਹ ਘੇਰੇ ਦਾ ਡਿਜ਼ਾਈਨ ਹੈ ਜੀ, ਤੇ ਇਹ ਹੈਗਾ ਬਾਜੂ ਦਾ ਡਿਜ਼ਾਈਨ, ਤੇ ਇਹ ਵਾਲਾ ਫਲਾਵਰ ਹੈ ਜਿਹੜਾ ਇੱਕ ਆਪਾਂ ਰੱਖਿਆ ਉਹਨਾਂ ਦੀ ਬੋਟਮ ਦੇ ਉੱਪਰ। ਇਹ ਹੈ ਜਿਹੜਾ ਬੋਟਮ ਦੇ ਉੱਪਰ ਆ ਜਾਣਾ। ਹਾਂਜੀ, ਤੇ ਇਹ ਹੈਗਾ ਪੀਚ ਕਲਰ ਦਾ ਸੂਟ, ਸਿਲਕ ਦੇ ਉੱਪਰ ਬਣਿਆ ਹੋਇਆ ਸੂਟ ਹੈ। ਠੀਕ ਹੈ ਜੀ, ਇਸ ਤਰ੍ਹਾਂ ਦੇ ਨਾਲ ਬਣੀ ਹੋਈ ਹੈ ਇਸਦੀ ਸ਼ਰਟ। ਇਹ ਸ਼ਰਟ ਦਾ ਕੰਮ ਹੈ, ਸ਼ਰਟ ਦਾ ਘੇਰਾ ਬਣਿਆ ਹੋਇਆ ਐਂਡ ਉੱਪਰ ਮੂਹਰੇ ਵਾਲੇ ਸਾਰੇ ਪੈਟਰਨਸ ਜਾ ਰਹੇ ਨੇ। ਪੂਰੀ ਹੈਵੀ ਸ਼ਰਟ ਬਣਦੀ ਹੈ, ਹੈਵੀ ਨੈਕ ਬਣਿਆ ਹੋਇਆ ਇਸ ਤਰ੍ਹਾਂ ਦੇ ਨਾਲ। ਅਗਰ ਡਿਜ਼ਾਈਨ ਪਸੰਦ ਆਉਂਦਾ ਕਿਸੇ ਵੀ ਕਲਰ ਤੇ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਜੀ। ਤੇ ਇਹ ਹੈਗਾ ਇਹਦੀ ਬਾਜੂ ਦਾ ਕੰਮ। ਇਹ ਸੂਟ ਆਪਣੇ ਤੋਂ ਵਿਦਆਊਟ ਸਟਿਚਿੰਗ ਜਾ ਰਹੇ ਸੀ, ਦੁਪੱਟੇ ਹੈਗੇ ਆਪਾਂ ਇਹਨਾਂ ਦੇ ਲੇਸਿਸ ਦੇ ਨਾਲ ਰੈਡੀ ਕਰ ਰਹੇ ਹਾਂ। ਹਾਂਜੀ, ਤੇ ਨੈਕਸਟ ਹੈਗਾ ਇਹ ਵਾਲਾ ਸੂਟ, ਇਹ ਵੀ ਸਿਲਕ ਦੇ ਉੱਪਰ ਬਣਿਆ ਹੋਇਆ ਪੈਰਟ ਸੂਟ ਹੈ। ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਜੀ ਇਹਦਾ ਘੇਰਾ। ਇਹ ਆਪਾਂ ਪਹਿਲਾਂ ਵੀ ਡਿਜ਼ਾਇਨ ਰੈਡੀ ਕੀਤਾ ਸੀਗਾ, ਸਿਲਕ ਦੇ ਉੱਪਰ ਹੀ ਆਪਾਂ ਪਹਿਲਾਂ ਇਹ ਡਿਜ਼ਾਇਨ ਰੈਡੀ ਕੀਤਾ ਸੀ। ਉਸ ਦੇ ਵਿੱਚ ਆਪਾਂ ਕਲਰ ਲਗਾਇਆ ਸੀ ਮਹਿਰੂਨ, ਪਰ ਇਹਨਾਂ ਨੇ ਜਸਟ ਗੋਲਡਨ ਕੰਮ ਕਰਵਾਇਆ ਹੋਇਆ। ਇਸ ਤਰ੍ਹਾਂ ਦੇ ਨਾਲ ਘੇਰੇ ਦਾ ਪੈਟਰਨ ਹੈ ਜੀ, ਸ਼ਰਟ ਦੇ ਵਿੱਚ ਸਪਰੈਡਿੰਗ ਹੈ ਐਂਡ ਅਗੇਨ ਫੁੱਲ ਹੈਵੀ ਹੈ ਜਿਹੜਾ ਨੈਕ ਬਣਿਆ ਹੋਇਆ। ਠੀਕ ਹੈ ਜੀ, ਇਹ ਹੈਗਾ ਬਾਜੂ ਦਾ ਡਿਜ਼ਾਇਨ। ਸੂਟਸ ਤੇ ਜਿਹੜੇ ਤੁਹਾਡੇ ਜੀ ਔਨ ਆਰਡਰ ਹੀ ਰੈਡੀ ਹੁੰਦੇ ਨੇ, ਕੋਈ ਵੀ ਡਿਜ਼ਾਈਨ ਹੈ ਜਿਹੜਾ ਤੁਸੀਂ ਪਸੰਦ ਕਰਕੇ ਆਰਡਰ ਆਪਾਂ ਨੂੰ ਦੇ ਸਕਦੇ ਹੋ। ਹਾਂਜੀ, ਨੈਕਸਟ ਹੈਗਾ ਵਾਲਾ ਸ਼ਿਮਰ ਦਾ ਸੂਟ, ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ। ਆਪਾਂ ਸ਼ਿਮਰ ਦੇ ਕਲਰਸ ਦਿਖਾਏ ਸੀ, ਉਸ ਦੇ ਵਿੱਚੋਂ ਕਸਟਮਰ ਨੇ ਇਹ ਵਾਲਾ ਕਲਰ ਪਸੰਦ ਕੀਤਾ ਤੇ ਉਹਨਾਂ ਨੇ ਆਪਾਂ ਨੂੰ ਡਿਜ਼ਾਈਨ ਸੈਂਡ ਕੀਤਾ ਸੀ। ਠੀਕ ਹੈ ਜੀ, ਇਸ ਤਰ੍ਹਾਂ ਦੇ ਨਾਲ ਨੈਕ ਬਣਿਆ ਹੋਇਆ, ਪੈਚ ਲੱਗ ਕੇ ਨੈਕ ਬਣਦਾ ਜੀ ਇਹਦਾ। ਠੀਕ ਹੈ, ਵਿਦਆਊਟ ਪੈਚ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ, ਬਟ ਇਹ ਪੈਚ ਲੱਗ ਕੇ ਬਣਿਆ ਹੋਇਆ। ਡਿਜ਼ਾਈਨ ਤੁਸੀਂ ਦੇਖ ਸਕਦੇ ਹੋ, ਇਸ ਤਰ੍ਹਾਂ ਦੇ ਨਾਲ ਹੈ ਜੀ ਬਾਜੂ ਦਾ ਕੰਮ। ਠੀਕ ਹੈ, ਇਹ ਵਾਲੀ ਐਮਬਰੋਇਡਰੀ ਹੈ ਜਿਹੜੀ ਤੁਹਾਡੀ ਬਾਜੂ 'ਤੇ ਆ ਜਾਣੀ ਹੈ, ਸੇਮ ਪੈਚ ਹੀ ਹੈ ਜਿਹੜੇ ਉਹ ਬਾਜੂ 'ਤੇ ਲੱਗੇ ਹੋਏ ਨੇ। ਦੁਪੱਟਾ ਹੈਗਾ ਇਹਦਾ, ਆਪਾਂ ਲੇਸ ਲਗਾ ਕੇ ਇਹਦੀ ਫਿਨਿਸ਼ਿੰਗ ਦਿੱਤੀ ਹੋਈ। ਹਾਂਜੀ, ਅਤੇ ਇਹ ਹੈਗੀ ਹੈ ਇਹਦੀ ਬੋਟਮ, ਇਸ ਤਰ੍ਹਾਂ ਦੇ ਨਾਲ ਸਟਰੇਟ ਬੋਟਮ ਦੀ ਹੈ ਜਿਹੜੀ ਐਮਬਰੋਇਡਰੀ ਹੋਈ ਹੋਈ ਹੈ। ਹਾਂਜੀ, ਨੈਕਸਟ ਆਪਾਂ ਇਹ ਵਾਲਾ ਸੂਟ ਰੈਡੀ ਕੀਤਾ ਗ੍ਰੀਨ ਕਲਰ ਦੇ ਉੱਪਰ, ਸਿਲਕ ਦੇ ਉੱਪਰ, ਡਬਲ ਸ਼ੇਡਡ ਸਿਲਕ ਸੀ ਜਿਹੜੀ, ਉਸ ਦੇ ਉੱਪਰ ਇਹ ਸੂਟ ਆ ਜਿਹੜਾ ਰੈਡੀ ਹੋਇਆ ਹੋਇਆ। ਇਸ ਤਰ੍ਹਾਂ ਦੇ ਨਾਲ ਘੇਰੇ ਦਾ ਕੰਮ ਹੋਇਆ। ਇਹ ਵਾਲਾ ਡਿਜ਼ਾਈਨ ਆਪਾਂ ਪਹਿਲਾਂ ਵੀ ਬਣਾ ਚੁੱਕੇ ਹਾਂ ਅਲੱਗ ਅਲੱਗ ਤਰ੍ਹਾਂ ਦੇ ਕਲਰਸ ਤੇ। ਇਹ ਆਪਾਂ ਇੰਡੀਗੋ ਬਲੂ ਤੇ ਵੀ ਬਣਾਇਆ ਸੀ, ਮਾਸਟਰ ਕਲਰ ਤੇ ਵੀ ਬਣਾਇਆ ਸੀ। ਇਸ ਤਰ੍ਹਾਂ ਦੇ ਨਾਲ ਹੈ ਜੀ, ਇੱਕ ਕਾਪਰ ਸ਼ੇਡ ਤੇ ਹੀ ਬਣਿਆ ਸੀ ਇਹ ਸੂਟ। ਇਸ ਤਰ੍ਹਾਂ ਦੇ ਨਾਲ ਡਿਜ਼ਾਈਨ ਬਣਿਆ ਹੋਇਆ, ਇਸ ਦੇ ਵਿੱਚ ਤੁਸੀਂ ਕਲਰ ਵੀ ਯੂਜ਼ ਕਰਵਾ ਸਕਦੇ ਹੋ। ਠੀਕ ਹੈ, ਇਸ ਨੂੰ ਅਸੀਂ ਐਜ਼ ਇਟ ਇਜ਼ ਵੀ ਰੱਖ ਸਕਦੇ ਹੋ। ਸਾਰੀ ਸ਼ਰਟ ਦੇ ਵਿੱਚ ਹੈ ਜਿਹੜੀ ਸਪਰੈਡਿੰਗ ਹੋਈ ਹੋਈ ਹੈ। ਤੇ ਇਹ ਹੈਗਾ ਬਾਜੂ ਦਾ ਕੰਮ, ਇਸ ਤਰ੍ਹਾਂ ਦੇ ਨਾਲ ਬਾਜੂ ਬਣੀ ਹੋਈ ਹੈ। ਹਾਂਜੀ, ਨੈਕਸਟ ਹੈਗੀ ਆਪਣੇ ਸ਼ਰਟ, ਪੂਰੀ ਹੈਵੀ ਸ਼ਰਟ ਬਣੀ ਹੋਈ ਹੈ। ਫਰੰਟ ਬੈਕ ਅਪ ਇਹਦੇ ਲਗਾਈ ਹੋਈ ਹੈ, ਇਹ ਵਾਲੀ ਹੈਂਗਿੰਗ ਲੇਸ, ਇਸ ਤਰ੍ਹਾਂ ਦੇ ਨਾਲ ਸਾਰਾ ਡਿਜ਼ਾਈਨ ਬਣਿਆ ਹੋਇਆ, ਪੈਨਲਸ ਉੱਪਰ ਨੂੰ ਜਾ ਰਹੇ ਨੇ। ਇਸ ਤਰ੍ਹਾਂ ਦੇ ਨਾਲ ਹੈਵੀ ਜਿਹੜਾ ਨੈਕ ਬਣਿਆ ਹੋਇਆ ਤੇ ਫੁੱਲ ਹੈਵੀ ਹੈ ਬਾਜੂ ਬਣੀ ਹੋਈ ਹੈ ਜੀ, ਇਸ ਤਰ੍ਹਾਂ ਦੇ ਨਾਲ। ਹਾਂਜੀ, ਤੇ ਇਹਦੇ ਨਾਲ ਆਪਾਂ ਰੈਡੀ ਕੀਤਾ ਹੋਇਆ ਸ਼ਰਾਰਾ, ਇਸ ਤਰ੍ਹਾਂ ਦੇ ਨਾਲ।
ਠੀਕ ਹੈ ਜੀ। ਫੁੱਲ ਫਲੇਅਰ ਵਾਲਾ ਸ਼ਰਾਰਾ ਬਣਦਾ ਹੈ ਇਸ ਤਰ੍ਹਾਂ ਦੇ ਨਾਲ, ਇਸ ਦੀ ਬਾਰਡਰ ਤੇ ਐਮਬਰਾਇਡਰੀ ਹੋਈ ਹੋਈ ਹੈ ਐਂਡ ਸੇਮ ਲੇਸ ਹੈਗੀ ਹੈ ਜਿਹੜੀ ਆਪਾਂ ਇਸ ਦੇ ਸ਼ਰਾਰੇ ਤੇ ਦਿੱਤੀ ਹੋਈ ਹੈ। ਦੇਖ ਸਕਦੇ ਹੋ ਤੁਸੀਂ ਡਿਜ਼ਾਇਨ, ਤੇ ਤੁਸੀਂ ਜਿਹੜਾ ਕੰਮ ਆ ਸੇਮ ਆਪਦੀ ਬੋਟਮ ਤੇ ਵੀ ਕਰਵਾ ਸਕਦੇ ਹੋ, ਪੈਂਟ ਪਲਾਜ਼ੋ ਜੋ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਉਸ ਦੇ ਅਕੋਰਡਿੰਗ ਐਮਬਰਾਇਡਰੀ ਹੋ ਜਾਣੀ। ਸ਼ਿਮਰ ਦੀ ਸ਼ਰਟ ਹੈ, ਕਰੇਪ ਦਾ ਆਪਾਂ ਇਸ ਦੇ ਨਾਲ ਸ਼ਰਾਰਾ ਰੱਖਿਆ ਤੇ ਇਸ ਤਰ੍ਹਾਂ ਦੇ ਨਾਲ ਆਪਾਂ ਦੁਪੱਟਾ ਰੈਡੀ ਕੀਤਾ ਹੋਇਆ ਜੀ। ਗੋਟੇ ਐਂਡ ਲੇਸ ਐਡ ਕਰਕੇ ਆਪਾਂ ਦੁਪੱਟਾ ਰੈਡੀ ਕੀਤਾ।